ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਜੀ ਸਾਡੇ ਸਾਰੇ ਪਿਆਰੇ ਅਤੇ ਸੂਝਵਾਨ ਦਰਸ਼ਕਾਂ ਦਾ। ਆਓ ਬਣੀਏ ਗੁਰਸਿੱਖ ਪਿਆਰਾ ਕੁਇਜ਼ ਸ਼ੋਅ ਦੇ 32ਵੇਂ ਸੀਜ਼ਨ ਦੇ 3ਰੇ ਐਪੀਸੋਡ ਵਿੱਚ। ਵਿਸਾਖੀ ਦਾ ਪੁਰਬ ਮਨਾਉਂਦੇ ਹੋਏ ਇੱਕ ਬੜੀ ਜ਼ਰੂਰੀ ਗੱਲ ਦਾ ਧਿਆਨ ਰੱਖੀਏ। 1469 ਵਿੱਚ ਗੁਰੂ ਨਾਨਕ ਸਾਹਿਬ ਨੇ ਸੀਸ ਮੰਗਿਆ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ। 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਮੰਗੇ। ਅੱਜ ਪ੍ਰੈਜੈਂਟ ਏਜ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਕੋਲੋਂ ਸੀਸ ਮੰਗ ਰਹੇ ਹਨ। ਪਰ ਕਿਹੜਾ ਸੀਸ? ਸਾਡੀ ਮੱਤ, ਕਿਉਂਕਿ ਗੁਰੂ ਸਾਡੀ ਮੱਤ ਵਿੱਚ ਵਿਜ਼ਡਮ, ਸਿਆਣਪ, ਗਿਆਨ ਪਾਉਣਾ ਚਾਹੁੰਦਾ ਹੈ, ਤਾਂ ਕਿ ਅਸੀਂ ਦੁਨੀਆਂ ਦੇ ਵਿੱਚ ਇੱਕ ਸਫਲ ਜੀਵਨ ਜੀ ਸਕੀਏ। ਸੋ ਬੜਾ ਧਿਆਨ ਕਰਨ ਦੀ ਲੋੜ ਹੈ, 21ਵੀਂ ਸਦੀ ਦੇ ਵਿੱਚ ਹਰ ਗੁਰਸਿੱਖ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਨੂੰ ਸਮਝਣਾ, ਪ੍ਰਚਾਰਨਾ ਅਤੇ ਆਪ ਜੀਵਨ ਦੇ ਵਿੱਚ ਅਪਣਾਉਣਾ, ਤਾਂ ਕਿ ਇੱਕ ਸਕਸੈਸਫੁਲ ਲਾਈਫ ਇਸ ਧਰਤੀ ਨੂੰ ਸਵਰਗ ਬਣਾਉਂਦੇ ਹੋਏ ਜੀ ਸਕੀਏ। ਆਓ ਅੱਜ ਦੇ ਸਾਡੇ ਰੋਲ ਓਵਰ ਕੰਟੈਸਟੈਂਟ, ਜਿਹੜੇ ਪਿਛਲੇ ਐਪੀਸੋਡ ਵਿੱਚ ਦੀਪ ਸ਼ਿਖਾ ਜੀ ਇੱਕ ਕੁਐਸਚਨ ਦਾ ਜਵਾਬ ਦੇ ਚੁੱਕੇ ਸਨ, ਅਤੇ ਅੱਜ ਉਹਨਾਂ ਦੇ ਨਾਲ ਅਸੀਂ ਗੇਮ ਨੂੰ ਅੱਗੇ ਵਧਾਉਣਾ ਹੈ। ਜੀ ਆਇਆਂ ਨੂੰ, ਦੀਪ ਸ਼ਿਖਾ ਜੀ ਪਲੀਜ਼ ਸਾਡੇ ਦਰਸ਼ਕਾਂ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੂਸਰਾ ਕੁਐਸਚਨ ਹੁਣ ਆਪ ਜੀ ਦੀ ਸਕਰੀਨ ਤੇ। ਇਨ ਵਿਚ ਸਿਟੀ ਡਿਡ ਗੁਰੂ ਨਾਨਕ ਸਾਹਿਬ ਮੀਟ ਭਗਤ ਕਬੀਰ ਜੀ ਐਂਡ ਭਗਤ ਰਵਿਦਾਸ ਜੀ ਡਿਊਰਿੰਗ ਦੀ ਸੇਮ ਉਦਾਸੀ ਮਿਸ਼ਨਰੀ ਟੂਰ? ਗੁਰੂ ਨਾਨਕ ਸਾਹਿਬ ਇੱਕੋ ਉਦਾਸੀ ਜੋ ਪ੍ਰਚਾਰਕ ਫੇਰੀਆਂ ਸਨ, ਅਤੇ ਭਗਤ ਕਬੀਰ ਜੀ ਅਤੇ ਭਗਤ ਰਵਿਦਾਸ ਜੀ ਨੂੰ ਕਿਹੜੇ ਸ਼ਹਿਰ ਵਿੱਚ ਮਿਲੇ? ਆਪਸ਼ਨ ਏ ਮਥੁਰਾ, ਬੀ ਅਯੁੱਧਿਆ, ਸੀ ਵਾਰਾਨਸੀ ਜਾਂ ਡੀ ਹਰਿਦੁਆਰ? ਕਿਹੜੀ ਆਪਸ਼ਨ ਆਪ ਜੀ ਨੂੰ ਠੀਕ ਲੱਗਦੀ ਹੈ ਜੀ? ਏ, ਬੀ ਔਰ ਡੀ ਤਾਂ ਨਹੀਂ ਹੋ ਸਕਦਾ, ਮੈਂ ਆਪਸ਼ਨ ਸੀ ਨਾਲ ਜਾਣਾ ਚਾਹਾਂਗੀ, ਬਨਾਰਸ। ਬੜਾ ਆਪ ਜੀ ਨੇ ਧਿਆਨ ਨਾਲ ਕੈਲਕੂਲੇਟ ਕਰਕੇ ਸੀ ਆਪਸ਼ਨ ਚੁਣਿਆ, ਤਾਂ ਅਸੀਂ ਸੀ ਆਪਸ਼ਨ ਨੂੰ ਲੌਕ ਕਰਦੇ ਹਾਂ ਜੀ ਪਲੀਜ਼। ਔਰ ਕੰਪਿਊਟਰ ਜੀ ਕੋਲੋਂ ਜਾਣਾਂਗੇ ਕਿ ਆਪ ਜੀ ਦਾ ਜਵਾਬ ਠੀਕ ਹੈ ਕਿ ਨਹੀਂ ਹੈ। ਐਂਡ ਇਟਸ ਏ ਕਰੈਕਟ ਆਨਸਰ, ਬਹੁਤ ਵਧੀਆ, ਆਪ ਜੀ ਪ੍ਰੋਸੀਡ ਕਰ ਗਏ ਹੋ ਕੁਐਸਚਨ 3 ਵੱਲ, ਜਿਹੜਾ ਕਿ ਹੁਣ ਆਪ ਜੀ ਦੀ ਸਕਰੀਨ 'ਤੇ। ਆਡੀਓ ਕੁਐਸਚਨ ਕੰਪਲੀਟ ਦ ਨੈਕਸਟ ਗੁਰਬਾਣੀ ਤੁਕ ਫਰੋਮ ਸੁਖਮਨੀ ਸਾਹਿਬ, ਸੁਖਮਨੀ ਸਾਹਿਬ ਵਿੱਚੋਂ ਅਗਲੀ ਗੁਰਬਾਣੀ ਤੁਕ ਪੂਰੀ ਕਰੋ। ਆਡੀਓ ਪਲੇ ਕੀਤਾ ਜਾ ਰਿਹਾ। ਕਈ ਕੋਟ ਕੀਨੇ ਬਹੁ ਭਾਂਤ, ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ। ਨਾਨਕ ਤਾਕਾ ਅੰਤ ਨਾ ਜਾਣੇ ਕੋਏ, ਤਾਕਾ ਅੰਤ ਨਾ ਜਾਣੇ ਕੋਏ, ਨਾਨਕ ਆਪ ਆਪ ਪ੍ਰਭ ਸੋਏ। ਠੀਕ ਹੈ ਜੀ, ਆਪ ਜੀ ਨੇ ਜਵਾਬ ਦਿੱਤਾ ਹੈ, ਅਤੇ ਅਸੀਂ ਦੇਖ ਲੈਂਦੇ ਹਾਂ ਕਿ ਕੰਪਿਊਟਰ ਜੀ ਐਗਰੀ ਕਰ ਰਹੇ ਨੇ ਆਪ ਜੀ ਦੇ ਜਵਾਬ ਜਾਂ ਨਹੀਂ। ਆਪ ਜੀ ਦਾ ਜਵਾਬ ਠੀਕ ਹੋ ਗਿਆ ਹੈ। ਇੱਕ ਵਾਰੀ ਆਪ ਜੀ ਪੜ੍ਹ ਕੇ ਪੂਰੀ ਤੁਕ ਸੁਣਾ ਦਿਓ ਜੀ।
ਤਾਕਾ ਅੰਤ ਨਾ ਜਾਣੇ ਕੋਏ, ਆਪੇ ਆਪ ਨਾਨਕ ਪ੍ਰਭ ਸੋਏ। ਪ੍ਰੋਸੀਡ ਕਰ ਗਏ ਜੀ ਆਪ ਜੀ ਕੁਐਸਚਨ ਨੰਬਰ 4 ਵੱਲ, ਜਿਹੜਾ ਕਿ ਹੁਣ ਆਪ ਜੀ ਦੀ ਸਕਰੀਨ 'ਤੇ ਆ ਰਿਹਾ। ਵਟ ਇਜ਼ ਦਾ ਮੀਨਿੰਗ ਆਫ ਹਾਈਲਾਈਟਡ ਵਰਡ ਇਨ ਦਾ ਫੋਲੋਇੰਗ ਗੁਰਬਾਣੀ ਵਰਸ? ਗੁਰਬਾਣੀ ਦੀ ਹੇਠ ਲਿਖੀ ਤੁਕ ਵਿੱਚ ਉਜਾਗਰ ਹੋਏ ਸ਼ਬਦ ਦਾ ਕੀ ਅਰਥ ਹੈ? ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਤੁੱਟੈ ਪਾਲ? ਪਾਲ ਲਫਜ਼ ਇੱਥੇ ਉਜਾਗਰ ਹੋਇਆ ਜੀ। ਇਹਦਾ ਆਪ ਜੀ ਨੇ ਅਰਥ ਦੱਸਣਾ ਹੈ। ਆਪਸ਼ਨਸ ਆ ਗਏ ਏ ਕੰਨ ਦਾ ਵਾਲ, ਬੀ ਪਾਲਣ ਵਾਲਾ ਨੋਰਿਸ਼ਰ, ਸੀ ਝੂਠ ਫਾਲਸਹੁਡ, ਜਾਂ ਡੀ ਟੁੱਟ ਗਿਆ ਬ੍ਰੋਕਨ? ਕਿਹੜੀ ਆਪਸ਼ਨ ਆਪ ਜੀ ਨੂੰ ਠੀਕ ਲੱਗਦੀ ਹੈ? ਦੀਪਸ਼ਿਖਾ ਜੀ ਆਪਸ਼ਨ ਏ ਨਾਲ ਜਾਣਾ ਚਾਹਾਂਗੀ, ਕੰਧ। ਆਪਸ਼ਨ ਏ ਕੰਧ ਆਪ ਜੀ ਨੇ ਸਿਲੈਕਟ ਕੀਤੀ ਹੈ ਅਤੇ ਅਸੀਂ ਲੌਕ ਕਰਕੇ ਦੇਖ ਲੈਂਦੇ ਹਾਂ ਕਿ ਆਪ ਜੀ ਦਾ ਜਵਾਬ ਠੀਕ ਹੈ ਕਿ ਨਹੀਂ। ਬਹੁਤ ਬਿਲਕੁਲ ਠੀਕ, ਦਾ ਵਾਲ ਕੰਧ ਜਿਹੜੀ ਆਂਸਰ ਸੀ ਉਹ ਆਪ ਜੀ ਦਾ ਠੀਕ ਹੋ ਗਿਆ ਔਰ ਆਪ ਜੀ ਲੈਵਲ 1 ਦੇ ਲਾਸਟ ਕੁਐਸਚਨ 'ਤੇ ਪੁੱਜ ਗਏ ਹੋ। ਲਾਈਫ ਲਾਈਨ ਆਪ ਜੀ ਦੀ ਜੀਵਿਤ ਔਰ ਸਕਰੀਨ 'ਤੇ ਹੁਣ ਆਪ ਜੀ ਲਈ 5th ਕੁਐਸਚਨ ਆਫ ਦੀ ਗੇਮ। ਵਿਜੂਅਲ ਕੁਐਸਚਨ, ਆਈਡੈਂਟੀਫਾਈ ਦਾ ਸਿੱਖ ਗਰਲ ਅਚੀਵਰ, ਸਿੱਖ ਕੁੜੀ ਅਚੀਵਰ ਦੀ ਪਛਾਣ ਕਰੋ। ਇਮੇਜ ਆਪ ਜੀ ਨੂੰ ਦਿਖਾਈ ਜਾ ਰਹੀ ਦੇਖੀ ਆਪ ਜੀ ਨੇ ਇਮੇਜ? ਹਾਂਜੀ ਆਪਸ਼ਨਸ ਦਈਏ ਜੀ, ਲਓ ਆਪਸ਼ਨਸ ਆ ਗਏ ਆਪ ਜੀ ਲਈ। ਏ ਗੁਰਪ੍ਰੀਤ ਕੌਰ, ਬੀ ਅਸ਼ਲੀਨ ਕੌਰ, ਸੀ ਪਰਮੀਤ ਕੌਰ, ਡੀ ਰਵਿੰਦਰ ਕੌਰ? ਹਾਂਜੀ ਆਪਸ਼ਨ ਏ ਗੁਰਪ੍ਰੀਤ ਕੌਰ। ਆਪਸ਼ਨ ਏ ਗੁਰਪ੍ਰੀਤ ਕੌਰ ਆਪ ਜੀ ਨੂੰ ਠੀਕ ਲੱਗ ਰਿਹਾ ਅਤੇ ਅਗਰ ਆਪ ਜੀ ਦਾ ਫਾਈਨਲ ਆਂਸਰ ਹੈ ਤਾਂ ਅਸੀਂ ਲੌਕ ਕਰ ਦਿੰਦੇ ਹਾਂ ਇਹਨੂੰ। ਔਰ ਇਹ ਜਵਾਬ ਵੀ ਬਿਲਕੁਲ ਠੀਕ ਹੋ ਗਿਆ ਹੈ ਸਾਡੇ ਸਪੋਂਸਰਸ, ਸਾਡੀ ਸਾਰੀ ਟੀਮ ਵੱਲੋਂ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ। ਆਓ ਬਣੀਏ ਗੁਰਸਿੱਖ ਪਿਆਰਾ। ਡਿਟੇਲ ਜਿਹੜੀ ਹੈ ਸਾਡੀ ਸਕਰੀਨ 'ਤੇ ਦਰਸ਼ਕ ਵਿਊ ਕਰ ਸਕਦੇ। ਵਧਾਂਗੇ ਜੀ 6th ਕੁਐਸਚਨ ਆਫ ਦੀ ਗੇਮ, ਜਿਹੜਾ ਕਿ ਹੁਣ ਦੀਪਸ਼ਿਖਾ ਜੀ ਲਈ ਉਹਨਾਂ ਦੀ ਸਕਰੀਨ 'ਤੇ ਆ ਗਿਆ, ਜਿਨ੍ਹਾਂ ਲਈ ਇੱਕ ਲਾਈਫ ਲਾਈਨ 50-50 ਦੀ ਹੋਰ ਐਡ ਹੋ ਗਈ ਹੈ। ਉਹਨਾਂ ਦੀ ਪਹਿਲੀ ਲਾਈਫ ਲਾਈਨ ਵੀ ਜੀਵਿਤ ਹੈ ਐਕਸਪਰਟ ਐਡਵਾਈਸ ਦੀ। ਕੁਐਸਚਨ ਪੇਸ਼ ਕੀਤਾ ਜਾ ਰਿਹਾ। ਧੂਪ ਮਲ ਆਨ ਲੋ, ਪਵਣ ਚਵਰ ਉਹ ਕਰੈ, ਸਗਲ ਬਨ ਰਾਏ ਫੁਲੰਤ ਜੋਤੀ। ਦਾ ਵਰਲਡ ਮਲ ਆਨ ਲੋ ਇਨ ਦਿਸ ਵਰਸ ਆਫ ਗੁਰਬਾਣੀ ਇਜ ਟੇਕਨ ਫਰੋਮ ਵਿੱਚ ਇੰਡੀਅਨ ਲੈਂਗੁਏਜ? ਆਪ ਜੀ ਲਈ ਆਪਸ਼ਨ ਹਨ ਜੀ, ਏ ਹਿੰਦੀ, ਬੀ ਗੁਜਰਾਤੀ, ਸੀ ਤਮਿਲ, ਜਾਂ ਡੀ ਤੇਲਗੂ? ਕਿਹੜੀ ਆਪਸ਼ਨ ਆਪ ਜੀ ਨੂੰ ਠੀਕ ਲੱਗਦੀ ਹੈ? ਆਪਸ਼ਨ ਸੀ ਤਮਿਲ ਨਾਲ ਜਾਣਾ ਚਾਹਾਂਗੀ ਜੀ। ਆਪਸ਼ਨ ਸੀ ਤਮਿਲ ਨਾਲ ਜਾਣਾ ਚਾਹੁੰਦੇ ਹੋ ਅਤੇ ਅਗਰ ਕੌਨਫੀਡੈਂਟ ਹੋ ਤਾਂ ਅਸੀਂ ਇਸਨੂੰ ਲੌਕ ਕਰਦੇ ਹਾਂ ਜੀ। ਪਲੀਜ਼ ਲੌਕ ਆਪਸ਼ਨ ਸੀ। ਔਰ ਇਹ ਬਿਲਕੁਲ ਠੀਕ ਜਵਾਬ ਹੋ ਗਿਆ ਜੀ। ਆਪ ਜੀ ਕਿਧਰੇ ਤੇਲਗੂ ਫਾਈਨਲ ਆਂਸਰ ਕਹਿ ਦਿੰਦੇ ਤਾਂ ਆਪ ਜੀ ਗੇਮ ਵਿੱਚ ਅੱਗੇ ਨਾ ਪ੍ਰੋਸੀਡ ਕਰ ਪਾਉਂਦੇ। ਐਨੀ ਉਹ ਆਪ ਜੀ ਬਹੁਤ ਅੱਛਾ ਡਿਸੀਜਨ ਲਿਆ ਲਾਸਟ ਮੂਮੈਂਟ 'ਤੇ ਔਰ 7th ਕੁਐਸਚਨ ਵੱਲ ਵੱਧ ਗਏ ਆਪ ਜੀ, ਜਿਹੜਾ ਕਿ ਹੁਣ ਆਪ ਜੀ ਦੀ ਸਕਰੀਨ 'ਤੇ। ਵਿੱਚ ਬਰੇਵ ਸਿੱਖ ਸੇਵ ਦੀ ਲਾਈਫ ਆਫ ਏ ਪਰਸਨ ਟਰੈਪਡ ਇਨਸਾਈਡ ਏ ਕਾਰ ਆਫਟਰ ਕ੍ਰੈਸ਼ ਇਨ ਪੋਕੈਨੋ ਟਾਊਨ ਨਿਊਜ਼ੀਲੈਂਡ ਇਨ ਸੈਪਟੰਬਰ 2023? ਕਿਸ ਬਹਾਦਰ ਸਿੱਖ ਨੇ
ਸਤੰਬਰ 2023 ਵਿੱਚ ਪੋਕੈਨੋ ਟਾਊਨ ਨਿਊਜ਼ੀਲੈਂਡ ਵਿੱਚ ਕਾਰ ਦੇ ਦੁਰਘਟਨਾਗ੍ਰਸਤ ਹੋਣ ਤੋਂ ਬਾਅਦ ਕਾਰ ਵਿੱਚ ਫਸੇ ਵਿਅਕਤੀ ਦੀ ਜਾਨ ਬਚਾਈ। ਆਪ ਜੀ ਦੇ ਆਪਸ਼ਨਸ ਹੁਣ ਸਕਰੀਨ 'ਤੇ ਆ ਰਹੇ ਹਨ। ਏ ਪਰਮੀਤ ਸਿੰਘ, ਬੀ ਮਨਜੀਤ ਸਿੰਘ, ਸੀ ਜਸਜੀਤ ਸਿੰਘ, ਜਾਂ ਡੀ ਗੁਰਕੀਰਤ ਸਿੰਘ। ਕੁਛ ਆਪਣੀ ਮੈਮੋਰੀਜ਼ ਨੂੰ ਅਸੀਂ ਉਮੀਦ ਕਰਦੇ ਹਾਂ ਆਪ ਜੀ ਰੀਕਲੈਕਟ ਕਰਕੇ ਠੀਕ ਜਵਾਬ ਦੇ ਸਕੋਗੇ। ਮੈਂ ਆਪਸ਼ਨ ਏ ਨਾਲ ਜਾਣਾ ਚਾਹਾਂਗੀ, ਪਰਮੀਤ ਸਿੰਘ ਤੂਰ। ਪਰਮੀਤ ਸਿੰਘ, ਆਪ ਜੀ ਨੇ ਕੋਈ ਉਹਨਾਂ ਦੀ ਅੱਗੇ ਕਾਸਟ ਵੀ ਯੂਜ਼ ਕੀਤੀ ਹੈ, ਇਹਦਾ ਲੱਗਦਾ ਤੁਹਾਨੂੰ ਕੌਨਫੀਡੈਂਸ ਹੈਗਾ ਕਾਫੀ ਇਸ ਆਨਸਰ 'ਤੇ, ਤਾਂ ਅਸੀਂ ਜਲਦੀ ਦੇ ਨਾਲ ਲੌਕ ਕਰਦੇ ਹਾਂ ਆਪਸ਼ਨ ਏ ਨੂੰ ਲੌਕ ਕੀਤਾ ਜਾਵੇ ਜੀ। ਐਂਡ ਇਟਸ ਅ ਕਰੈਕਟ। ਬਹੁਤ ਇਹਨਾਂ ਬਾਰੇ ਕੋਈ ਜਾਣਕਾਰੀ ਆਪਦੇ ਪਾਸ? ਮੈਂ ਪਰਮੀਤ ਸਿੰਘ ਤੂਰ ਜੀ ਦੇ ਬਾਰੇ ਪੜ੍ਹਿਆ ਸੀਗਾ, ਅਤੇ ਉਹਨਾਂ ਨੇ ਇੱਕ ਮਤਲਬ ਕਾਰ ਦਾ ਕਰੈਸ਼ ਹੋਇਆ, ਮਤਲਬ ਬਰਨਿੰਗ ਹੋ ਰਹੀ ਸੀ, ਬਰਨਿੰਗ ਕਾਰ, ਅਤੇ ਉਹਦੇ ਵਿੱਚੋਂ ਇੱਕ ਮਤਲਬ ਇਨਸਾਨ ਨੂੰ ਬਚਾ ਲਿਆ ਉਹਨਾਂ ਨੇ। ਅਸੀਂ ਵੱਧ ਰਹੇ ਹਾਂ ਜੀ ਕੁਸ਼ਚਨ ਨੰਬਰ 8 ਵੱਲ। ਪਰਮੀਤ ਸਿੰਘ ਜੀ ਦੀ ਫੋਟੋ ਸਾਡੇ ਵਿਊਅਰਸ ਦੇਖ ਰਹੇ ਨੇ ਸਕਰੀਨ 'ਤੇ। 8th ਕੁਸ਼ਚਨ ਆਫ ਦੀ ਗੇਮ, ਇਟਸ ਐਨ ਆਡੀਓ ਕੁਸ਼ਚਨ, ਆਈਡੈਂਟੀਫਾਈ ਦੀ ਵਾਇਸ ਆਫ ਰਾਗੀ ਸਿੰਘ ਜੀ। ਰਾਗੀ ਸਿੰਘ ਜੀ ਦੀ ਆਵਾਜ਼ ਦੀ ਪਛਾਣ ਕਰੋ, ਆਡੀਓ ਪਲੇਅ ਕੀਤਾ ਗਿਆ। ਵਾਇਸ ਸੁਣੀ ਆਪ ਜੀ ਨੇ ਦੀਪਸ਼ਿਖਾ ਜੀ। ਆਪਸ਼ਨਸ ਆ ਗਏ ਏ ਭਾਈ ਜਗਜੀਤ ਸਿੰਘ ਜੀ ਬਬੀਆ ਦਿੱਲੀ, ਭਾਈ ਹਰਿੰਦਰ ਸਿੰਘ ਖਾਲਸਾ UK, ਸੀ ਭਾਈ ਓਂਕਾਰ ਸਿੰਘ ਜੀ ਦਰਬਾਰ ਸਾਹਿਬ, ਜਾਂ ਡੀ ਡਾਕਟਰ ਅਲੰਕਾਰ ਸਿੰਘ ਜੀ ਪਟਿਆਲਾ। ਆਪ ਜੀ ਕੀਰਤਨ ਸੁਣਦੇ ਹੋ ਅਤੇ ਉਮੀਦ ਕਰਦੇ ਹਾਂ ਕਿ ਆਪ ਜੀ ਛੇਤੀ ਨਾਲ ਪਛਾਣ ਗਏ ਹੋਵੋਗੇ ਆਵਾਜ਼ ਨੂੰ। ਮੈਂ ਆਪਸ਼ਨ ਬੀ ਦੇ ਨਾਲ ਜਾਣਾ ਚਾਹਾਂਗੀ, ਭਾਈ ਹਰਿੰਦਰ ਸਿੰਘ ਖਾਲਸਾ UK। ਬੀ ਆਪਸ਼ਨ ਨੂੰ ਅਸੀਂ ਲੌਕ ਕਰਦੇ ਹਾਂ, ਪਰ ਇਹਦਾ ਠੀਕ ਜਵਾਬ ਜਾਣਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਮੇਰੇ ਕੋ ਐਂਕਰ ਸਰਦਾਰ ਕੁਲਮੋਹਨ ਸਿੰਘ ਜੀ ਆਪ ਜੀ ਦੇ ਛੇਤੀ ਨਾਲ ਰੂਬਰੂ ਹੋ ਰਹੇ ਹਨ, ਪਰ ਬ੍ਰੇਕ ਦੇ ਵਿੱਚ ਇੱਕ ਆਡੀਅੰਸ ਕੁਸ਼ਚਨ ਆ ਰਿਹਾ ਜਿਸ ਦਾ ਜਵਾਬ ਆਪ ਜੀ ਲਿਖੇ ਪ੍ਰੋਸੀਜਰ ਅਨੁਸਾਰ ਸਾਨੂੰ ਛੇਤੀ ਨਾਲ ਭੇਜ ਦਿਓ, ਤਾਂ ਕਿ ਅਗਲੇ ਹਫ਼ਤੇ ਅਗਰ ਫਸਟ 15 ਵਿੱਚ ਆਪ ਜੀ ਸਿਲੈਕਟ ਹੁੰਦੇ ਹੋ ਤਾਂ TV ਉੱਤੇ ਆਪ ਜੀ ਆਪਣੀ ਫੋਟੋ ਦੇਖ ਸਕੋਗੇ। ਥੈਂਕ ਯੂ ਸੋ ਮਚ। ਪਸੀਨਾ ਨੂੰ ਪਸੀਨਾ ਨਹੀਂ ਖੁਸ਼ਬੂ ਪਸੰਦ ਹੈ, ਇਸ ਲਈ ਸਿਮਕੋ ਸਵਿਫਟ ਮੈਨ ਲੌਂਗ ਲਾਸਟਿੰਗ ਡੀਓਸ। ਬਾਕੀ ਸਭ ਭੁੱਲ ਹੈ, ਸਿਮਕੋ ਸਵਿਫਟ ਕੂਲ ਹੈ। ਜਬ ਆਪਕੋ ਗਰਮੀ ਲੱਗਦੀ ਹੈ ਤੋ ਆਪਕੋ ਗੁੱਸਾ ਆਤਾ ਹੈ, ਜਬ ਆਪਕੋ ਗੁੱਸਾ ਆਤਾ ਹੈ ਤੋ ਆਪ ਝਗੜਤੇ ਹੈ, ਜਬ ਆਪ ਝਗੜਤੇ ਹੈ ਤੋ ਆਪਕੋ ਘਰ ਸੇ ਬਾਹਰ ਨਿਕਾਲ ਲਿਆ ਜਾਤਾ ਹੈ, ਜਬ ਆਪ ਘਰ ਸੇ ਬਾਹਰ ਨਿਕਲਤੇ ਹੈ ਤੋ ਆਪਕੋ ਔਰ ਗਰਮੀ ਲੱਗਤੀ ਹੈ। ਆਪ ਗਰਮੀ ਮਤ ਖਾ, ਵਾਈਬਰ AC ਚਲਾ। ਵਾਈਬਰ AC 52 ਡਿਗਰੀ ਕੀ ਭਯੰਕਰ ਗਰਮੀ ਮੇ ਵੀ ਰੱਖੇ ਆਪਕੇ ਦਿਮਾਗ ਕੋ ਠੰਡਾ।
इसीलिए सिमको स्विफ्ट मैन लॉन्ग लास्टिंग डील्स। बाकी सब बोल रहे सिमको स्विफ्ट कूल है। साड़ी मां बोली पंजाबी, पढ़ पंजाबी, लिख पंजाबी, गैरत मंदा बोल पंजाबी। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੁਡੇਜ਼ ਆਡੀਅੰਸ ਕੁਐਸਚਨ ਇਜ਼, ਦਾ ਖਾਲਸਾ ਆਫ ਗੁਰੂ ਗੋਬਿੰਦ ਸਿੰਘ ਇਜ਼ ਕਮਿਟਿਡ ਟੂ ਇਸਟੈਬਲਿਸ਼ ਵਿਚ ਆਫ ਦਾ ਫੋਲੋਇੰਗ, ਏ ਇਕੁਐਲਿਟੀ, ਬੀ ਸੋਸ਼ਲ ਜਸਟਿਸ, ਸੀ ਸੋਵਰੈਂਟੀ, ਡੀ ਆਲ ਆਫ ਦੀਸ। ਆਪ ਜੀ ਆਪਣੇ ਜਵਾਬ ਸਕਰੀਨ 'ਤੇ ਲਿਖੇ ਪ੍ਰੋਸੀਜਰ ਅਨੁਸਾਰ ਸਾਨੂੰ ਭੇਜ ਸਕਦੇ ਹੋ। ਧੰਨਵਾਦ ਜੀ। ਸਿੱਖ ਪਿਆਰਾ ਆਓ ਬਣੀਏ ਗੁਰ ਸਿੱਖ ਪਿਆਰਾ, ਆਓ ਬਣੀਏ ਗੁਰ ਸਿੱਖ ਪਿਆਰਾ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਆਓ ਬੱਜੀਏ ਗੁਰਸਿੱਖ ਪਿਆਰਾ ਦੇ ਇਸ ਐਪੀਸੋਡ ਦੇ ਵਿਚਕਾਰ ਅਸੀਂ ਮੁੜ ਤੋਂ ਸਵਾਗਤ ਕਰਦੇ ਹਾਂ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਸਾ ਹਰਜਿੰਦਰ ਸਿੰਘ ਇਸ ਪ੍ਰਤੀਯੋਗਤਾ ਨੂੰ ਚਲਾ ਰਹੇ ਸਨ, ਦੀਪ ਸ਼ਿਖਾ ਜੀ ਜਿਹੜੇ ਕਿ ਇਸ ਪ੍ਰਤੀਯੋਗਤਾ ਨੂੰ ਖੇਡ ਰਹੇ ਨੇ ਔਰ 8ਵੇਂ ਪ੍ਰਸ਼ਨ ਦਾ ਉੱਤਰ ਦੇ ਚੁੱਕੇ ਨੇ। ਲਾਈਫ ਲਾਈਨ ਦੋਨੋਂ ਪਈਆਂ ਨੇ, ਟਾਈਟਲ ਬਹੁਤ ਨੇੜੇ ਹੈ। ਦੇਖਦੇ ਹਾਂ ਕਿ ਦੀਪ ਸ਼ਿਖਾ ਜੀ 9ਵੇਂ ਪ੍ਰਸ਼ਨ ਵੱਲ ਵਧੇ ਨੇ ਕਿ ਨਹੀਂ। ਭਾਈ ਹਰਿੰਦਰ ਸਿੰਘ ਖਾਲਸਾ UK, ਆਪਸ਼ਨ ਬੀ ਬਿਲਕੁਲ ਠੀਕ। ਦੀਪ ਸ਼ਿਖਾ ਜੀ ਬਹੁਤ ਬਹੁਤ ਮੁਬਾਰਕਾਂ ਆਪ ਜੀ ਨੂੰ ਕਿ ਆਪ ਜੀ ਨੇ ਸਹੀ ਉੱਤਰ ਦਿੱਤਾ। ਹੁਣ 9ਵਾਂ ਪ੍ਰਸ਼ਨ ਆਪ ਜੀ ਦੀ ਸਕਰੀਨ 'ਤੇ, ਦੋ ਲਾਈਫ ਲਾਈਨ ਤੁਹਾਡੇ ਕੋਲ ਪਈਆਂ ਹੋਈਆਂ ਨੇ ਔਰ ਸੋਚ ਕੇ ਜਵਾਬ ਦੇਣਾ, 60 ਸੈਕਿੰਡ ਦਾ ਟਾਈਮ ਹੈ। ਇਹ ਪ੍ਰਸ਼ਨ ਤੁਹਾਨੂੰ ਟਾਈਟਲ ਦਵਾ ਵੀ ਸਕਦਾ ਕਿਉਂਕਿ ਇਸ ਵੇਲੇ ਕਰੋੜਾਂ ਦਰਸ਼ਕ ਦੀਆਂ ਧੜਕਣਾਂ ਤੁਹਾਡੇ ਨਾਲ ਜੁੜੀਆਂ ਹੋਈਆਂ ਨੇ। ਤਾਂ 9ਵਾਂ ਪ੍ਰਸ਼ਨ ਦੀਪ ਸ਼ਿਖਾ ਜੀ ਵਾਸਤੇ ਉਹਨਾਂ ਦੀ ਸਕਰੀਨ। ਪੰਜਾਬੀ ਬੋਲਣ ਵਾਲੇ ਨਿਵਾਸੀਆਂ ਦੇ ਮਹੱਤਵਪੂਰਨ ਯੋਗਦਾਨ ਨੂੰ ਸਵੀਕਾਰ ਕਰਦੇ ਹੋਏ ਅਮੈਰੀਕਾ ਦੇ ਕਿਹੜੇ ਰਾਜ ਨੇ ਫਰਵਰੀ 2024 ਨੂੰ ਪੰਜਾਬੀ ਭਾਸ਼ਾ ਮਹੀਨਾ ਵਜੋਂ ਕੋਸ਼ਿਸ਼ ਕੀਤਾ ਹੈ? ਤੁਹਾਡੀਆਂ ਆਪਸ਼ਨਸ ਨੇ ਏ ਜਾਰਜੀਆ, ਬੀ ਅਲਾਸਕਾ, ਸੀ ਐਲੇਨੋਏ, ਡੀ ਕੈਲੀਫੋਰਨੀਆ। ਕਿਹਦੇ ਨਾਲ ਜਾਣਾ ਚਾਹੋਗੇ? ਮੈਂ ਇੱਧਰ ਲਾਈਫ ਲਾਈਨ ਲੈਣਾ ਚਾਹਾਂਗੀ, ਐਕਸਪਰਟ ਐਡਵਾਈਸ। ਤੋ ਐਕਸਪਰਟ ਐਡਵਾਈਸ ਵਾਸਤੇ ਅੱਜ ਸਾਡੇ ਨਾਲ ਸਰ ਸੁਖਵਿੰਦਰ ਸਿੰਘ ਜੀ ਕੈਨੇਡਾ ਤੋਂ ਜੁੜੇ ਹੋਏ ਨੇ। ਸੁਖਵਿੰਦਰ ਸਿੰਘ ਜੀ ਜੀ ਆਇਆਂ ਨੂੰ, ਆਪ ਦੇਖ ਰਹੇ ਹੋ ਦੀਪ ਸ਼ਿਖਾ ਜੀ ਆਪਕੋ ਸਹਿਯੋਗ ਮੰਗ ਰਹੇ ਨੇ, ਸਵਾਲ ਤੁਹਾਡੇ ਸਾਹਮਣੇ ਹੈ। ਕਿਰਪਾ ਕਰਕੇ ਆਪ ਦੱਸੋ ਕਿ ਇਹਨਾਂ ਨੂੰ ਕਿਹੜੀ ਆਪਸ਼ਨ ਨਾਲ ਜਾਣਾ ਚਾਹੀਦਾ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਪ ਸ਼ਿਖਾ ਜੀ, ਤੁਹਾਡੇ ਇਸ ਸਵਾਲ ਦਾ ਸਹੀ ਜਵਾਬ ਹੈ ਆਪਸ਼ਨ ਸੀ, ਇਲੀਨੋਏ। ਤੋ ਦੀਪ ਸ਼ਿਖਾ ਜੀ, ਸਰਦਾਰ ਸੁਖਵਿੰਦਰ ਸਿੰਘ ਜੀ ਕਹਿੰਦੇ ਨੇ ਕਿ ਆਪ ਜੀ ਨੂੰ ਆਪਸ਼ਨ ਸੀ ਨਾਲ ਜਾਣਾ ਚਾਹੀਦਾ ਹੈ। ਕੀ ਆਪ ਜੀ ਉਹਨਾਂ ਨਾਲ ਸਹਿਮਤ ਹੋ? ਹਾਂਜੀ ਬਿਲਕੁਲ, ਮੈਂ ਆਪਸ਼ਨ ਸੀ ਨਾਲ ਜਾਣਾ ਚਾਹਾਂਗੀ। ਤੋ ਆਪਸ਼ਨ ਸੀ ਨੂੰ ਆਪਾਂ ਲੌਕ ਕਰ ਦਿੰਦੇ ਹਾਂ। ਦੇਖਦੇ ਹਾਂ ਕਿ ਆਪ ਜੀ ਇੱਥੋਂ ਦੀ ਟਾਈਟਲ ਜਿੱਤ ਕੇ ਜਾ ਰਹੇ ਹੋ ਕਿ ਨਹੀਂ।
ਆਪ ਜੀ ਦਾ ਗੁਰਮਤ ਦੇ ਪ੍ਰਤੀ ਪਿਆਰ, ਇਤਿਹਾਸ ਦੇ ਨਾਲ ਆਪ ਜੀ ਨੇ ਜਾਣਕਾਰੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਨਾ ਅਤੇ ਕੀਰਤਨ ਦੇ ਰਾਹੀਂ ਸੁਣਾਉਣਾ, ਇਹ ਪਿਆਰ ਨੇ ਹੀ ਆਪ ਜੀ ਨੂੰ ਆਓ ਬਣੀਏ ਗੁਰਸਿੱਖ ਪਿਆਰਾਂ ਦਾ ਟਾਈਟਲ ਜਿਤਾ ਦਿੱਤਾ ਹੈ। ਮੁਬਾਰਕ ਹੋਏ ਆਪ ਜੀ ਨੂੰ। ਕੈਸਾ ਮਹਿਸੂਸ ਹੋ ਰਿਹਾ ਦੀਪਸ਼ਿਕਾ ਜੀ? ਮੈਨੂੰ ਬਹੁਤ ਹੀ ਵਧੀਆ ਮਹਿਸੂਸ ਹੋ ਰਿਹਾ ਹੈ, ਬਹੁਤ ਬਹੁਤ ਵਧੀਆ। ਬਹੁਤ ਅੱਛਾ ਲੱਗ ਰਿਹਾ। ਇਹਦਾ ਸ਼੍ਰੇਅ ਕਿਹਨੂੰ ਦੇਣਾ ਚਾਹੋਗੇ? ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਬੇਅੰਤ ਸ਼ੁਕਰਾਨਾ, ਅਤੇ ਆਓ ਬਣੀਏ ਗੁਰਸਿੱਖ ਪਿਆਰਾ ਟੀਮ ਦਾ ਵੀ ਸ਼ੁਕਰਾਨਾ, ਜਿਨ੍ਹਾਂ ਨੇ ਉਪਰਾਲਾ ਕੀਤਾ ਅਤੇ ਆਪਾਂ ਸਾਰੇ ਜੁੜ ਸਕੀਏ। ਮੈਨੂੰ ਇਹ ਵੀ ਪਤਾ ਲੱਗਾ ਤੁਹਾਡੇ ਪ੍ਰੋਫਾਈਲ ਤੋਂ ਕਿ ਤੁਸੀਂ ਕੀਰਤਨ ਵੀ ਕਰਦੇ ਹੋ। ਕਿਸੇ ਸ਼ਬਦ ਦਾ ਮੁਖੜਾ ਸੁਣਾਓ ਸਾਡੀ ਸੰਗਤ ਨੂੰ। ਤੂੰ ਦਾਤਾ ਜੀਆਂ ਸਭਨਾ ਕਾ, ਬਸੋ ਮੇਰੇ ਮਨ ਮਾਹੀ, ਮਨ ਮਾਹੀ, ਮਨ ਮਾਹੀ, ਮਨ ਮਾਹੀ। ਬਹੁਤ ਅੱਛਾ, ਤੁਸੀਂ ਸ਼ਬਦ ਨੂੰ ਔਰ ਬੜੀ ਸੁਰੀਲੀ ਆਵਾਜ਼ ਦੇ ਵਿਚਕਾਰ ਗੁਰਬਾਣੀ ਅਤੇ ਆਪਣੇ ਆਪ 'ਚ ਇੱਕ ਮਹਾਨ ਪੂਰੇ ਸਿਧਾਂਤ ਔਰ ਪੂਰਾ ਰੂਪ ਹੈ, ਔਰ ਆਪ ਜੀ ਨੇ ਬੜੀ ਸੁੰਦਰ ਮਿੱਠੀ ਆਵਾਜ਼ ਦੇ ਵਿਚਕਾਰ ਬਿਨਾਂ ਸਾਜ਼ਾਂ ਤੋਂ ਗਾਇਨ ਕਰਕੇ ਸਾਡੀ ਸੰਗਤਾਂ ਨੂੰ ਪਿਆਰ ਅਤੇ ਸਤਿਕਾਰ ਦੇਣ ਵਾਸਤੇ ਮੈਂ ਬੇਨਤੀ ਕਰਨ ਜਾ ਰਿਹਾ ਹਾਂ। ਸਰਦਾਰ ਗੁਰਮੀਤ ਸਿੰਘ ਜੀ ਗਰਚਾ, ਜਿਹੜੇ ਕਿ ਸੈਕਟਰੀ ਹਨ ਸੀ ਬਲੋਕ ਹਰੀਨਗਰ ਗੁਰਦੁਆਰੇ ਦੇ, ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਆਪ ਜੀ ਨੂੰ ਸਿੰਘੋ ਬਰਾਹਿਮ ਗਿਫਟ ਐਂਪਰ ਅਤੇ ਵਾਈਬਰ ਟੀ ਵੀ ਵੱਲੋਂ ਕੈਸ਼ ਪ੍ਰਾਈਜ਼ ਦੇਣਗੇ। ਔਰ ਨਾਲ ਹੀ ਸਾਡੀ ਟੀਮ ਵੱਲੋਂ ਮੈਂ ਬੇਨਤੀ ਕਰਾਂਗਾ ਸਰਦਾਰ ਤਰਨਪ੍ਰੀਤ ਸਿੰਘ ਜੀ ਆਪ ਜੀ ਨੂੰ ਇਹ ਪਿਆਰ ਅਤੇ ਸਤਿਕਾਰ ਭੇਟ ਕਰ ਰਹੇ ਨੇ। ਆਓ ਬਣੀਏ ਗੁਰਸਿੱਖ ਪਿਆਰਾ, ਆਓ ਬਣੀਏ ਗੁਰਸਿੱਖ ਪਿਆਰਾ। ਦਰਸ਼ਕੋ, ਸਾਡੇ ਅਗਲੇ ਪ੍ਰਤੀਯੋਗੀ ਹਨ ਰਿਚਾ ਥਾਪੜ ਜੀ, ਜਿਹੜੇ ਕਿ ਗੁਰੂਗ੍ਰਾਮ ਹਰਿਆਣਾ ਤੋਂ ਸਾਡੇ ਨਾਲ ਜੁੜੇ ਹੋਏ ਨੇ। ਜੀ ਆਇਆਂ ਨੂੰ ਰਿਚਾ ਥਾਪੜ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਿਚਾ ਥਾਪੜ ਗੁੜਗਾਓਂ ਹਰਿਆਣਾ ਤੋਂ ਇੱਕ ਹੋਮ ਮੇਕਰ ਹਾਂ। ਗ੍ਰੈਜੂਏਸ਼ਨ ਦੇ ਨਾਲ ਨਾਲ ਟੀਚਰਸ ਟ੍ਰੇਨਿੰਗ ਕੋਰਸ ਕੀਤਾ ਸੀ, ਇਸ ਲਈ ਟੀਚਰ ਵੀ ਰਹਿ ਚੁੱਕੀ ਹਾਂ। ਵਾਹਿਗੁਰੂ ਜੀ ਦੀ ਕਿਰਪਾ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਲੈ ਰਹੀ ਹਾਂ ਤਾਂ ਕਿ ਗੁਰਬਾਣੀ ਦਾ ਸ਼ੁੱਧ ਅਤੇ ਸਪਸ਼ਟ ਉਚਾਰਨ ਕਰ ਸਕਾਂ। ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਨੂੰ ਵਿੱਚ ਵਾਧਾ ਕਰਨ ਲਈ ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲੈਂਦੀ ਰਹਿੰਦੀ ਹਾਂ। ਅੱਜ ਦੀ ਪ੍ਰਤੀਯੋਗਿਤਾ ਲਈ ਵੀ ਮੈਂ ਬਹੁਤ ਤਿਆਰੀ ਕੀਤੀ ਹੈ ਅਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਕੋਸ਼ਿਸ਼ ਕਰਾਂਗੀ ਕਿ ਸਾਰੇ ਸਵਾਲਾਂ ਦੇ ਸਹੀ ਜਵਾਬ ਦੇ ਸਕਾਂ। ਰਿਚਾ ਜੀ, ਇਸ ਤੋਂ ਪਹਿਲਾਂ ਕਿ ਪ੍ਰਸ਼ਨਾਂ ਦੀ ਲੜੀ ਸ਼ੁਰੂ ਕਰਾਂ, ਇਹ ਪ੍ਰੇਰਣਾ ਤੁਹਾਨੂੰ ਕਿਹਦੇ ਕੋਲੋਂ ਮਿਲੀ ਸੀ? ਵਾਹਿਗੁਰੂ ਜੀ ਦੀ ਕਿਰਪਾ ਨਾਲ ਅਤੇ ਮੇਰੇ ਮਦਰ ਵੀ ਸਿੱਖੀ ਨਾਲ ਜੁੜੇ ਹੋਏ ਨੇ ਅਤੇ ਉਹਨਾਂ ਤੋਂ ਪ੍ਰੇਰਿਤ ਹੋਈ ਹਾਂ। ਵਾਹਿਗੁਰੂ ਜੀ। ਬਹੁਤ ਅੱਛਾ ਕਿ ਉਹਨਾਂ ਦੀ ਹਾਜ਼ਰੀ ਵੀ ਅਸੀਂ ਲਾਉਣਾ ਚਾਹੁੰਦੇ ਹਾਂ ਕਿ ਜਿਨ੍ਹਾਂ ਨੇ ਤੁਹਾਨੂੰ ਇਸ ਮਾਰਗ 'ਤੇ ਤੋਰਿਆ। ਇਸ ਤੋਂ ਪਹਿਲਾਂ ਕਿ ਅਸੀਂ ਸ਼ੁਰੂ ਕਰੀਏ, ਆਪ ਜੀ ਨੂੰ ਮੈਂ ਰੂਲ ਬੜੇ ਸੰਖੇਪ 'ਚ ਦੱਸ ਰਿਹਾ। ਟੋਟਲ ਪ੍ਰਸ਼ਨ 9 ਨੇ, ਜਿਹਦੇ ਪਹਿਲੇ ਹਿੱਸੇ 5 ਪ੍ਰਸ਼ਨ ਨੇ, 45 ਸਕਿੰਟ ਦਾ ਟਾਈਮ ਹੈ ਔਰ ਇੱਕ ਲਾਈਫ ਲਾਈਨ ਹੈ ਜਿਹੜੀ ਕਿ ਐਕਸਪਰਟ ਐਡਵਾਈਸ ਦੀ। ਦੂਜੇ ਹਿੱਸੇ 'ਚ ਜਿਹੜੇ ਨੇ ਉਹ ਆਪਣਾ 4 ਪ੍ਰਸ਼ਨ ਨੇ ਔਰ ਨਾਲ ਹੀ 60 ਸੈਕਿੰਡ ਦਾ ਟਾਈਮ ਹੋ ਜਾਏਗਾ ਔਰ ਇੱਕ ਲਾਈਫ ਲਾਈਨ ਹੋਰ ਜੁੜ ਜਾਏਗੀ 50-50 ਦੀ। ਪਹਿਲੇ ਹਿੱਸੇ ਵਾਲੀ ਦੂਜੇ 'ਚ ਲਈ ਜਾ ਸਕਦੀ ਹੈ, ਲੇਕਿਨ ਦੂਜੇ ਵਾਲੀ ਪਹਿਲੇ 'ਚ ਨਹੀਂ। ਰਿਚਾ ਥਾਪੜ ਜੀ ਦੇ ਪਹਿਲਾ ਪ੍ਰਸ਼ਨ ਉਹਨਾਂ ਦੀ ਸਕਰੀਨ 'ਤੇ, ਅਤੇ ਗਿਆਨਵਾਨ ਸਿੱਖ ਇਸਤਰੀਆਂ ਆਪਣਾ ਸਿਰ ਢੱਕਣ ਲਈ ਕੱਪੜੇ ਦੇ ਟੁਕੜੇ ਦੀ ਵਰਤੋਂ ਕਰਦੀਆਂ ਹਨ, ਇਸ ਨੂੰ ਕੀ ਕਹਿੰਦੇ ਹਨ? ਬੜਾ ਆਸਾਨ ਪ੍ਰਸ਼ਨ ਹੈ, ਤੁਹਾਡੀਆਂ ਆਪਸ਼ਨਸ ਨੇ ਏ ਦੁਪੱਟਾ,
ਬੀ ਕੇਸਕੀ, ਸੀ ਚੁੰਨੀ, ਡੀ ਇਹ ਸਾਰੇ। ਮੈਂ ਆਪਸ਼ਨ ਡੀ ਇਹ ਸਾਰੇ ਨਾਲ ਜਾਣਾ ਚਾਹਾਂਗੀ। ਆਪਸ਼ਨ ਡੀ ਨੂੰ ਲੌਕ ਕਰਕੇ ਦੇਖਦੇ ਕਿ ਰਿਚਾ ਜੀ ਦਾ ਉੱਤਰ ਠੀਕ ਹੈ ਕਿ ਨਹੀਂ। ਬਿਲਕੁਲ ਠੀਕ ਉੱਤਰ ਆ ਗਿਆ ਹੈ। ਉਹ ਦੁਪੱਟਾ ਵੀ ਲੈਂਦੀਆਂ ਹਨ, ਕੇਸਕੀ ਵੀ ਲੈਂਦੀਆਂ ਹਨ, ਚੁੰਨੀ ਵੀ ਲੈਂਦੀਆਂ ਹਨ, ਔਰ ਇਹ ਹੈ ਸਿਰ ਦੇ ਉੱਤੇ ਉਸ ਮਾਨ ਅਤੇ ਸਤਿਕਾਰ ਨੂੰ ਰੱਖਣਾ। ਵਧਾਂਗੇ ਦੂਜੇ ਪ੍ਰਸ਼ਨ ਵੱਲ। ਕਿਹੜੇ ਮਨੁੱਖਵਾਦੀ ਸਿਧਾਂਤਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਹਾੜੀ ਰਾਜਿਆਂ ਅਤੇ ਮੁਗਲ ਸ਼ਾਸਕਾਂ ਵਿਰੁੱਧ 14 ਯੁੱਧ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ? ਏ ਕਲਿਆਣਕਾਰੀ ਰਾਜ ਦੀ ਸਥਾਪਨਾ, ਬੀ ਜਾਤੀ ਰਹਿਤ ਅਤੇ ਸਮਾਨਤਾਵਾਦੀ ਸਮਾਜ ਲਈ, ਸੀ ਦੌਲਤ ਅਤੇ ਜ਼ਮੀਨ ਦੀ ਪ੍ਰਾਪਤੀ ਲਈ, ਜਾਂ ਡੀ ਦੋਵੇਂ ਏ ਔਰ ਬੀ? ਕਿਹਦੇ ਨਾਲ ਜਾਣਾ ਚਾਹੋਗੇ? ਆਪਸ਼ਨ ਡੀ ਏ ਅਤੇ ਬੀ ਨਾਲ ਜਾਣਾ ਚਾਹਾਂਗੀ। ਆਪਸ਼ਨ ਡੀ ਨੂੰ ਲੌਕ ਕਰਕੇ ਦੇਖਦੇ ਹਾਂ ਕਿ ਤੁਹਾਡਾ ਉੱਤਰ ਠੀਕ ਹੈ ਕਿ ਨਹੀਂ। ਰਿਚਾ ਥਾਪੜ ਜੀ, ਆਪ ਜੀ ਦਾ ਉੱਤਰ ਬਿਲਕੁਲ ਠੀਕ ਹੈ। ਆਪ ਤੀਸਰੇ ਪ੍ਰਸ਼ਨ ਵੱਲ ਵੱਧ ਚੁੱਕੇ ਹੋ। ਬਿਲਕੁਲ ਠੀਕ ਉੱਤਰ ਦਿੱਤਾ ਤੁਸੀਂ ਰਿਚਾ ਜੀ, ਆਪ ਜੀ ਵੱਧ ਗਏ ਹੋ ਤੀਸਰੇ ਪ੍ਰਸ਼ਨ ਵੱਲ। ਤਾਂ ਤੀਸਰਾ ਪ੍ਰਸ਼ਨ ਰਿਚਾ ਥਾਪੜ ਜੀ, ਜਿਹੜੇ ਕਿ ਗੁਰੂ ਗ੍ਰੰਥ ਤੋਂ ਸਾਡੇ ਨਾਲ ਜੁੜੇ ਨੇ, ਉਹਨਾਂ ਦੀ ਸਕਰੀਨ 'ਤੇ। ਇਹ ਆਡੀਓ ਪ੍ਰਸ਼ਨ ਹੈ ਔਰ ਆਪ ਜੀ ਨੂੰ ਸੁਖਮਣੀ ਸਾਹਿਬ ਦੇ ਵਿੱਚੋਂ ਇੱਕ ਤੁਕ ਸੁਣਾਈ ਜਾਏਗੀ, ਜਿਸ ਦੀ ਦੂਜੀ ਤੁਕ ਆਪ ਜੀ ਨੇ ਉਹਨੂੰ ਸੰਪੂਰਨ ਕਰਨਾ ਹੈ। ਤੋ ਆਡੀਓ ਕਲਿੱਪ ਔਨ ਕੀਤੀ ਜਾ ਰਹੀ ਹੈ। ਆਤਮ ਰਾਮ ਤਿਸਨਦਰੀ ਆਇਆ, ਦਾਸ ਦਸੰਤਨ ਭਾਏ ਤਿਨ ਪਾਇਆ। ਆਤਮ ਰਾਮ ਤਿਸਨਦਰੀ ਆਇਆ, ਦਾਸ ਦਸੰਤਨ ਭਾਏ ਤਿਨ ਪਾਇਆ, ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰ ਗਏ ਪਰਵਾਨ। ਦੇਖਦੇ ਹਾਂ ਜੀ ਕੰਪਿਊਟਰ ਜੀ ਕਿੰਨਾ ਕੁ ਸਹਿਮਤ ਨੇ ਆਪ ਜੀ ਦੇ ਨਾਲ। ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗੇ ਪਰਵਾਨ। ਬਹੁਤ ਠੀਕ ਉੱਤਰ ਤੁਸੀਂ ਦਿੱਤਾ, ਬਿਲਕੁਲ ਠੀਕ। ਅਗਲਾ ਪ੍ਰਸ਼ਨ ਆਪ ਜੀ ਦੀ ਸਕਰੀਨ 'ਤੇ। ਗੁਰਬਾਣੀ ਦੀ ਹੇਠ ਲਿਖੀ ਤੁਕ ਵਿੱਚ ਉਜਾਗਰ ਹੋਏ ਸ਼ਬਦ ਦਾ ਕੀ ਅਰਥ ਹੈ? ਇਹ ਕਿਉਂਕਾਰ, ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਆਜੂਨੀ ਸਹਿਭੰ, ਗੁਰਪ੍ਰਸਾਦ? ਇਹਦੇ ਵਿੱਚ ਅਜੂਨੀ ਸ਼ਬਦ ਜਿਹੜਾ, ਇਹਨੂੰ ਹਾਈਲਾਈਟ ਕੀਤਾ ਗਿਆ। ਆਪ ਜੀ ਨੇ ਇਹ ਦੱਸਣਾ ਹੈ ਕਿ ਥੱਲੇ ਦਿੱਤੀਆਂ ਹੋਈਆਂ ਆਪਸ਼ਨ 'ਚੋਂ ਇਹਦਾ ਭਾਵਾਰਥ ਕੀ ਹੈ। ਇਹ ਜੂਨਾਂ ਵਿੱਚ ਨਹੀਂ, ਬੇ ਪੂਰਵ ਜਨਮ, ਸੀ ਜੂਨ ਮਹੀਨਾ, ਡੀ ਮੁੱਢ ਤੋਂ। ਕਿਹਦੇ ਨਾਲ ਜਾਣਾ ਚਾਹੋਗੇ? ਆਪਸ਼ਨ ਏ ਜੂਨਾਂ ਵਿੱਚ ਨਹੀਂ ਨਾਲ ਜਾਣਾ ਚਾਹਾਂਗੀ। ਇਹ ਆਪਸ਼ਨ ਨੂੰ ਲੌਕ ਕਰਕੇ ਦੇਖਦੇ ਤੁਹਾਡਾ ਉੱਤਰ ਠੀਕ ਹੈ ਕਿ ਨਹੀਂ। ਬਿਲਕੁਲ ਠੀਕ ਉੱਤਰ ਦੇ ਦਿੱਤਾ ਹੈ। ਅਜੂਨੀ ਸ਼ਬਦ ਜੋ ਹੈ ਇਹਦਾ ਭਾਵ ਇਹੀ ਹੈ ਕਿ ਜੂਨਾਂ ਵਿੱਚ ਨਹੀਂ। ਸੋ ਵਧਾਂਗੇ ਪੰਜਵੇਂ ਪ੍ਰਸ਼ਨ ਵੱਲ। ਇਹ ਵਿਜੁਅਲ ਪ੍ਰਸ਼ਨ ਹੈ। ਸਿੱਖ ਬੀਬੀ ਅਚੀਵਰ ਦੀ ਪਹਿਚਾਣ ਕਰੋ। ਆਪ ਜੀ ਨੂੰ ਚਿੱਤਰ ਦਿਖਾਇਆ ਜਾਣਾ, ਆਪ ਜੀ ਨੇ ਪਹਿਚਾਣ ਕਰਨੀ ਹੈ। ਚਿੱਤਰ ਆਪ ਜੀ ਦੀ ਸਕਰੀਨ 'ਤੇ। ਤੁਹਾਡੀਆਂ ਆਪਸ਼ਨ ਨੇ ਏ ਜਸਨੂਰ ਕੌਰ, ਬੀ ਇਸ਼ਪ੍ਰੀਤ ਕੌਰ, ਸੀ ਗੁਨੀਤ ਕੌਰ, ਡੀ ਕੋਮਲਜੀਤ ਕੌਰ। ਆਪਸ਼ਨ ਸੀ
ਗੁਰਮੀਤ ਕੌਰ ਨੂੰ ਲੌਕ ਕਰ ਦਿਓ ਜੀ। ਆਪਸ਼ਨ ਸੀ ਨੂੰ ਲੌਕ ਕਰਕੇ ਦੇਖਦੇ ਹਾਂ ਕਿ ਪਹਿਲਾ ਲੈਵਲ ਇਹਨਾਂ ਨੇ ਸਫਲਤਾਪੂਰਵਕ ਪਾਰ ਕਰ ਲਿਆ ਕਿ ਨਹੀਂ। ਗੁਰਨੀਤ ਕੌਰ ਇਜ਼ ਦ ਰਾਈਟ ਆਂਸਰ। ਮੁਬਾਰਕ ਹੋਏ, ਤੁਸੀਂ ਪਹਿਲਾ ਲੈਵਲ ਸਫਲਤਾਪੂਰਵਕ ਪਾਰ ਕਰ ਲਿਆ ਹੈ। ਔਰ ਦਰਸ਼ਕੋ, ਇਸ ਤੋਂ ਪਹਿਲਾਂ ਕਿ ਅਸੀਂ ਅਗਲੇ ਹਿੱਸੇ ਵੱਲ ਵਧੀਏ, ਅਸੀਂ ਗੁਰਨੀਤ ਕੌਰ ਜੀ ਦਾ ਜਿਹੜਾ ਪ੍ਰੋਫਾਈਲ ਹੈ, ਉਹ ਜਿਹੜੇ ਅਸਟੀਮ ਫਾਈਨੈਂਸ਼ੀਅਲ ਟੈਕਨੀਕ ਐਕਸਪਰਟਸ ਨੇ, ਔਰ ਦਸੰਬਰ 2023 ਵਿੱਚ ਜਿਹੜਾ ਹੈ ਐਨੂਅਲ ਲੰਡਨ ਫਾਈਨੈਂਸ਼ੀਅਲ ਜਿਹੜੀ ਟੈਕਨੀਕਲ ਕਾਨਫਰੰਸ ਸੀ, ਉਸ ਦੇ ਵਿਚਕਾਰ ਇਹਨਾਂ ਨੇ ਦਸਤਾਰ ਬਣ ਕੇ ਜਿਹੜਾ ਕਿ ਉੱਥੇ ਪ੍ਰੈਜੈਂਟੇਸ਼ਨ ਕੀਤੀ, ਔਰ ਨਾਲ ਹੀ ਇਹ ਓਰੀਜਨਲੀ ਅੰਮ੍ਰਿਤਸਰ ਸ਼ਹਿਰ ਤੋਂ ਨੇ। ਡਿਟੇਲ ਤੁਹਾਡੇ ਸਾਰੇ ਸਾਹਮਣੇ ਪੜ੍ਹ ਕੇ, ਸਮੇਂ ਦੀ ਘਾਟ ਕਰਕੇ ਅਸੀਂ ਪੂਰਾ ਸਮਾਂ ਨਹੀਂ ਕਰ ਰਹੇ, ਲੇਕਿਨ ਮੁਬਾਰਕ ਹੈ। ਆਓ ਬਣੀਏ ਗੁਰਸਿੱਖ ਪਿਆਰਾ। ਦਿਲ ਕਰਦਾ ਸੀ ਕਿ ਰੀਚਾ ਜੀ ਦੇ ਨਾਲ ਅੱਜ ਪ੍ਰਤੀਯੋਗਤਾ ਨੂੰ ਲਗਾਤਾਰ ਜਾਰੀ ਰੱਖੀਏ, ਪਰ ਸਮਾਂ ਆਪਣੀ ਰਫਤਾਰ ਨਾਲ ਦੌੜ ਰਿਹਾ ਹੈ, ਔਰ ਜਿਹੜੀਆਂ ਸਮਾਜ, ਜਿਹੜੀ ਕੌਮਾਂ, ਜਿਹੜੇ ਪਰਿਵਾਰ, ਜਿਹੜੇ ਵਿਅਕਤੀ ਸਮੇਂ ਦੀ ਬੰਦਿਸ਼ ਨੂੰ ਤੋੜ ਦਿੰਦੇ ਨੇ, ਉਹਨਾਂ ਵਾਸਤੇ ਸਫਲਤਾ ਬਹੁਤ ਦੂਰ ਹੈ। ਸੋ ਅੱਜ ਦਾ ਐਪੀਸੋਡ ਅਸੀਂ ਇੱਥੇ ਸਮਾਪਤ ਕਰਦੇ ਹਾਂ, ਔਰ ਨਾਲ ਹੀ ਇਹ ਗੱਲ ਦੱਸ ਦਈਏ ਰੀਚਾ ਜੀ ਕਿ ਆਪ ਜੀ ਇਸ ਪ੍ਰਤੀਯੋਗਤਾ ਤੋਂ ਬਾਹਰ ਨਹੀਂ ਹੋਏ, ਆਪ ਜੀ ਸਾਡੇ ਅਗਲੇ ਹਫ਼ਤੇ ਦੇ ਰੋਲ ਓਵਰ ਪ੍ਰਤੀਯੋਗਤਾ। ਦਰਸ਼ਕੋ, ਇਸ ਤੋਂ ਪਹਿਲਾਂ ਤੁਹਾਡੇ ਕੋਲ ਇਜਾਜ਼ਤ ਲਈਏ, ਬ੍ਰੇਕ ਦੇ ਵਿਚਕਾਰ ਇੱਕ ਪ੍ਰਸ਼ਨ ਪੁੱਛਿਆ ਗਿਆ ਸੀ, ਆਪ ਉਹਨਾਂ ਦਾ ਉੱਤਰ ਸਕਰੀਨ ਦੇ ਦਿੱਤੇ ਮਾਧਿਅਮ ਨਾਲ ਜਲਦੀ ਤੋਂ ਜਲਦੀ ਭੇਜੋ, ਤਾਂ ਕਿ ਅਗਲੇ ਹਫ਼ਤੇ ਦੇ 15 ਪ੍ਰਤੀਯੋਗੀਆਂ ਦੇ ਜਿੱਤਣ ਵਾਲੇ ਪ੍ਰਤੀਯੋਗੀਆਂ ਦੇ ਵਿੱਚ ਜਿਹੜੇ 15 ਪਹਿਲੇ 15 ਭਾਗ ਲੈਣ ਵਾਲੇ ਔਰ ਜਿੱਤਣ ਵਾਲਿਆਂ ਦੇ ਫੋਟੋ ਜਿਹੜੀ ਹੈ ਉਹਨਾਂ ਦੇ ਸ਼ਹਿਰ ਦੇ ਨਾਮ ਦੇ ਨਾਲ ਅਸੀਂ ਦਿਖਾ ਸਕਦੇ, ਔਰ ਨਾਲ ਅਗਲੇ ਹਫ਼ਤੇ ਰੀਚਾ ਥਾਪੜ ਜਿਹੜੇ ਕਿ ਗੁਰੂਗ੍ਰਾਮ ਤੋਂ ਸਾਡੇ ਕੋਲ ਆਏ ਨੇ, ਉਹ ਇੱਥੋਂ ਟਾਈਟਲ ਜਿੱਤ ਕੇ ਜਾ ਰਹੇ ਨੇ ਕਿ ਨਹੀਂ ਜਾ ਰਹੇ। ਰੱਬ ਰਾਖਾ।